ਤੁਹਾਨੂੰ ਪਤਾ ਹੀ ਹੈ ਕਿ ਮੈਂ ਸਰਬਜੀਤ ਸਿੰਘ ਖਾਲਸਾ ਸਪੁੱਤਰ ਸ਼ਹੀਦ ਸਰਦਾਰ ਬੇਅੰਤ ਸਿੰਘ ਆਪਣਾ ਫਰੀਦਕੋਟ ਹਲਕੇ ਤੋਂ ਆਜ਼ਾਦ ਚੋਣ ਲੜ ਰਿਹਾ ਅਤੇ ਸਭ ਤੋਂ ਪਹਿਲਾਂ ਤਾਂ ਮੈਂ ਖਡੂਰ ਸਾਹਿਬ ਹਲਕੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਜੀ ਦੀ ਹਮਾਇਤ ਦਾ ਐਲਾਨ ਕਰਦਾ ਅਤੇ ਸਮੁੱਚੀ ਸਿੱਖ ਪੰਥ ਨੂੰ ਦੇਸ਼ ਵਿਦੇਸ਼ਾਂ ਵਿੱਚ ਵੱਸਦੇ ਸਿੱਖਾਂ ਨੂੰ ਅਪੀਲ ਕਰਦਾ ਕਿ ਉਹਨਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਜਾਵੇ ਅਤੇ ਤਾਂ ਕਿ ਜੋ ਅਸੀਂ ਉਹਨਾਂ ਨੂੰ ਜੇਲ੍ਹ 'ਚੋਂ ਬਾਹਰ ਕੱਢ ਸਕੀਏ। ਤੁਸੀਂ ਵੀ ਇੱਥੋਂ ਚੁਣਾਵ ਲੜ ਰਹੇ ਹੋ, ਕੀ ਕਹੋਗੇ ਤੁਸੀਂ? ਮੈਂ ਦੇਖੋ ਸਿੱਖ ਪੰਥ ਨੂੰ ਅਤੇ ਫਰੀਦਕੋਟ ਦੇ ਸਿੱਖ ਵੋਟਰਾਂ ਨੂੰ ਵਾਸੀਆਂ ਨੂੰ ਅਪੀਲ ਕਰਦਾ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਜਦੋਂ 1984 ਦੇ ਵਿੱਚ ਦਰਬਾਰ ਸਾਹਿਬ 'ਤੇ ਹਮਲਾ ਹੋਇਆ ਉਦੋਂ ਸਾਡੇ ਫਾਦਰ ਸਾਹਿਬ ਜਾਂ ਦਰਸ਼ਨਾਂ ਨੂੰ ਆਏ ਦਰਬਾਰ ਸਾਹਿਬ ਦੇ ਅਤੇ ਉਹਨਾਂ ਦੇ ਮਨ ਨੂੰ ਬਹੁਤ ਸੱਟ ਵੱਜੀ ਅਤੇ ਉਹਨਾਂ ਨੇ ਪ੍ਰਣ ਕੀਤਾ ਬਈ ਹੁਣ ਇੰਦਰਾ ਗਾਂਧੀ ਤੋਂ ਬਦਲਾ ਲਿਆ ਜਾਊਗਾ ਇਹ ਜੋ ਵੀ ਹੋਇਆ ਇਸਦਾ। ਅਤੇ ਜਦੋਂ ਸਾਧ ਸੰਗਤ, ਮੈਂ ਆਪ ਸਭ ਨੂੰ ਦੱਸਦਾ ਕਿ ਜਦੋਂ ਉਹਨਾਂ ਨੇ ਸਾਰਾ ਕੁਛ ਕੀਤਾ ਨਾ ਅਤੇ ਜਿਹੜੇ ਨਾਲ ਦੇ ਕੁਲੀਗਸ ਹੁੰਦੇ ਆ, ਨਾਲ ਦੇ ਬੰਦੇ ਹੁੰਦੇ ਆ, ਇੱਕ ਦੂਜੇ ਦੀ ਫੈਮਿਲੀ ਵੀ ਬਾਰੇ ਵੀ ਜਾਣਦੇ ਹੁੰਦੇ ਆ, ਉਹਨਾਂ ਨੇ ਮੇਰੇ ਫਾਦਰ ਸਾਹਿਬ ਨੂੰ ਕਿਹਾ ਭਾਈ ਬੇਅੰਤ ਸਿੰਘ ਇਹ ਤੂੰ ਕੀ ਬਈ ਇਹ ਤੂੰਨੇ ਕਿਆ ਕੀਆ ਵੀ ਤੇਰੇ ਤੋਂ ਛੋਟੇ ਛੋਟੇ ਬੱਚੇ ਹੈ, ਇਹ ਲਿਟਰਲੀ ਇਹ ਰਿਐਲਿਟੀ ਹੈ। ਅਤੇ ਉਹਨਾਂ ਨੇ ਸਿਰਫ ਇੱਕੀ ਗੱਲ ਕਹੀ ਵੀ ਮੈਂ ਹੁਣ ਜੋ ਕਰਨਾ ਸੀ ਮੈਂ ਤਾਂ ਕਰਤਾ, ਬਈ ਮੇਰੇ ਬੱਚਿਆਂ ਦਾ ਸੱਚੇ ਪਾਤਸ਼ਾਹ ਵਾਹਿਗੁਰੂ ਅਤੇ ਮੇਰੀ ਸਿੱਖ ਕੌਮ ਦੇਖੇਗੀ। ਇਸ ਲਈ ਮੈਂ ਉਮੀਦ ਆਸ ਕਰਦਾ ਕਿ ਜਿਵੇਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਪੰਥ ਦੇ ਹਵਾਲੇ ਕਰਕੇ ਗਏ ਸੀ ਉਹ, ਅਤੇ ਸਿੱਖ ਪੰਥ ਵੀ ਮੇਰੀ ਪੂਰੀ ਹਮਾਇਤ ਕਰੂਗਾ ਅਤੇ ਮੈਨੂੰ ਕਾਮਯਾਬ ਕਰੂਗਾ ਤਾਂ ਜੋ ਕਿ ਮੈਂ ਉਹਨਾਂ ਦੀ ਸੇਵਾ ਕਰ ਸਕਾਂ ਅਤੇ ਜੋ ਸਿੱਖ ਪੰਥ ਦੇ ਵਿੱਚ ਮੁੱਦੇ ਨੇ ਸਿੱਖ ਪੰਥ ਦੇ ਉਹ ਅਸੀਂ ਹੱਲ ਕਰ ਸਕੀਏ। ਸਭ ਤੋਂ ਪਹਿਲਾਂ ਤਾਂ ਮੁੱਦਾ ਇਹ ਹੈ ਬਈ ਜਿਹੜੀ ਜਵਾਨੀ ਹੈ ਪੰਜਾਬ ਦੀ ਉਹਨੂੰ ਨਸ਼ਿਆਂ ਤੋਂ ਬਚਾ ਕੇ ਅਸੀਂ ਉਹਨਾਂ ਨੂੰ ਸਿੱਖ ਧਰਮ ਵੱਲ ਲੈ ਕੇ ਆਵਾਂਗੇ, ਅੰਮ੍ਰਿਤ ਛਕਾਉਣਾ ਚਾਹੁੰਦੇ ਹਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ। ਕਿਉਂਕਿ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਵੀ ਪਹਿਲਾਂ ਸਰਕਾਰਾਂ ਜਿਹੜਾ ਇਨਕਾਊਂਟਰ ਕਰ ਕਰਕੇ ਮੁੰਡੇ ਸ਼ਹੀਦ ਕੀਤੇ ਹੈ, ਇਹ ਉਹੀ ਉਸੇ ਦਾ ਹੀ ਇੱਕ ਅੱਗੇ ਪਾਰਟ ਕੰਟੀਨਿਊ ਹੋਇਆ ਹੈ ਕਿ ਹੁਣ ਸਰਕਾਰ ਨੂੰ ਆਪ ਫੜ ਕੇ ਸ਼ਹੀਦ ਨਹੀਂ ਕਰਨੇ ਪੈਂਦੇ ਮੁੰਡੇ। ਅਤੇ ਬਈ ਐਸਾ ਨਸ਼ਾ ਚੱਲਦਾ ਪਿਆ ਹੈ ਪੰਜਾਬ ਦੇ ਵਿੱਚ ਕਿ ਉਹ ਮੁੰਡੇ ਆਪੇ ਹੀ ਮਰੀ ਜਾਂਦੇ ਆ, ਅਤੇ ਸਰਕਾਰ ਜੋ ਚਾਹੁੰਦੀ ਹੈ ਉਹਦੀ ਜੋ ਮਨਸ਼ਾ ਹੈ ਇੰਟੈਂਸ਼ਨਸ ਹੈ ਸਰਕਾਰ ਦੀਆਂ ਉਹ ਪੂਰੀਆਂ ਹੋ ਰਹੀਆਂ। ਬਿਲਕੁਲ ਜੁੜਨਗੇ ਜੀ, ਬਹੁਤ ਉਤਸ਼ਾਹ ਹੈ ਲੋਕਾਂ ਦੇ ਵਿੱਚ। ਹੁਣ ਜੇ ਫਰੀਦਕੋਟ ਇੱਕ ਪੰਥਕ ਹਲਕਾ ਹੈ, ਫਰੀਦਕੋਟ ਅਤੇ ਆਪਣਾ ਖਡੂਰ ਸਾਹਿਬ ਦੋਨੋਂ ਹੀ ਪੰਜਾਬ ਦੇ ਸਭ ਤੋਂ ਵੱਧ ਪੰਥਕ ਹਲਕੇ ਹੈ। ਇਸ ਦੇ ਵਿੱਚ ਸਿੱਖ ਕੌਮ ਦੇ ਇਹਦੇ ਵਿੱਚ ਸਭ ਤੋਂ ਵੱਧ ਦੋਨੋਂ ਹੀ ਇਹੀ ਹਲਕੇ ਹੈ ਅਤੇ ਸਾਡਾ ਪੂਰਾ ਸਾਥ ਦੇਣਗੇ ਫਰੀਦਕੋਟ ਦੇ ਵਾਸੀ। ਹਾਂਜੀ, ਆਜ਼ਾਦ ਉਮੀਦਵਾਰ ਦੇ ਤੌਰ 'ਤੇ ਲੜੂੰਗਾ। ਬਾਕੀ ਪਾਰਟੀਆਂ ਦੇ ਬਾਕੀ ਵੀ ਜੀ ਠੀਕ ਹੈ, ਕੈਂਡੀਡੇਟ ਜੋ ਵੀ ਉਹਨਾਂ ਦੀ ਕਾਰਗੁਜ਼ਾਰੀ ਹੈ ਉਹਦੇ ਆਧਾਰ 'ਤੇ ਲੋਕ ਵੋਟ ਪਾਉਣਗੇ। ਅਤੇ ਵੈਸੇ ਤਾਂ ਜਿਹੜੇ ਦੋ ਕੈਂਡੀਡੇਟ ਹੈ ਉਹ ਤਾਂ ਗਾਉਣ ਵਾਲੇ ਹੀ ਹੈ, ਅਤੇ ਖਾਸ ਕਰ ਹੁਣ ਗਾਉਣ ਵਾਲਿਆਂ ਤੋਂ ਤਾਂ
ਪੰਜਾਬ ਦੇ ਵਾਸੀਆਂ ਦਾ ਜਾਤੀ ਝਾੜੂ ਦੀ ਸਰਕਾਰ ਬਣਾਈ ਹੈ, ਭਗਵੰਤ ਮਾਨ ਨੂੰ CM ਬਣਾਇਆ ਹੈ। ਕਲਾਕਾਰਾਂ ਤੋਂ ਤਾਂ ਵੈਸੇ ਹੀ ਸਿੱਖ ਕੌਮ ਦੇ ਜਾਂ ਪੰਜਾਬ ਦੇ ਵਾਸੀਆਂ ਦਾ ਵਿਸ਼ਵਾਸ ਹੀ ਉੱਠ ਗਿਆ ਹੈ। ਬਾਕੀ ਜੀ ਜਿਹੜੇ ਉਮੀਦਵਾਰ ਹੈ, ਜਿਵੇਂ ਤੁਸੀਂ ਗੱਲ ਕਰੀ, ਉਹ ਧੜਿਆਂ ਦੇ ਉਮੀਦਵਾਰ ਹੈ। ਭਾਈ ਸਰਬਜੀਤ ਸਿੰਘ ਕੌਮ ਦਾ ਉਮੀਦਵਾਰ ਹੈ, ਇਹ ਕੌਮੀ ਉਮੀਦਵਾਰ ਦੇ ਵਜੋਂ ਅਸੀਂ ਕੌਮ ਦੇ ਵਿੱਚ ਵਿਚਰਾਂਗੇ, ਇਹਨਾਂ ਨੂੰ ਕੌਮੀ ਉਮੀਦਵਾਰ ਵਜੋਂ ਲੈ ਕੇ। ਹਰੇਕ ਪਾਰਟੀ ਕਹਿੰਦੀ ਹੈ ਵੀ ਅਸੀਂ ਆਹ ਕਰਾਂਗੇ ਆਹ ਕਰਾਂਗੇ, ਇਹਨਾਂ ਨੇ ਪਹਿਲਾਂ ਕਰਕੇ ਦਿਖਾਇਆ ਸਿੱਖ ਕੌਮ ਵਾਸਤੇ ਖਾਸ ਕਰ।